ਵੱਧ ਨਸਲੇ ਲੋਕਾਂ ਦੇ ਵਾਸਤੇ ਇੱਕ ਸਰੈਕੀ ਮੁਹਾਵਰਾ ਹੈ ਕਿ ਇਹ ਜਿੱਥਾਂ ਖਾਂਦੇ ਉੱਥਾਂ ਹੀ ਥੁੱਕਣ, ਬਲਕਿ ਇਸ ਤੋਂ ਵੱਡਾ ਮੁਹਾਵਰਾ ਹੈ ਕਿ ਇਹ ਜਿੱਥਾਂ ਖਾਂਦੇ ਉੱਥਾਂ ਹੀ ਉਤਰਦੇ। ਔਰ ਇੱਕ ਹੋਰ ਮੁਹਾਵਰਾ ਹੈ ਕਿ ਜਿਹੜੀ ਥਾਲੀ ਦੇ ਵਿੱਚ ਖਾਂਦੇ ਉਹ ਥਾਲੀ ਦੇ ਵਿੱਚ ਹੀ ਸੁਰਾਖ ਕਰਨ। ਇਹ ਜਿਹੜੇ ਨਸਲੀ ਬੰਦੇ ਹੁੰਦੇ ਨਾ, ਨਸਲੀ ਬੰਦੇ, ਤਾਂ ਇਹ ਕਦਾਹ ਵੀ ਤੁਹਾਡੇ ਘਰ ਦਾ ਖਾਧਾ ਨਮਕ ਹਰਾਮ ਨਹੀਂ ਕਰੇਂਗੇ, ਕਿਉਂਕਿ ਉਹ ਨਮਕ ਹਲਾਲ ਲੋਕ, ਨਮਕ ਹਰਾਮ ਲੋਕ ਨਹੀਂ। ਕਦਾਹ ਵੀ ਅਗਰ ਕੋਈ ਫਰਕ ਉਸ ਨਸਲੀ ਬੰਦੇ ਕੋ ਤੁਹਾਡੇ ਖਿਲਾਫ ਬਹਿਕਾਵਣ ਦੀ ਕੋਸ਼ਿਸ਼ ਕਰੇ ਸੀ, ਤਾਂ ਉਹ ਆਖਸੀ, ਨਾ ਮੇਰਾ ਭਾਈ, ਮੈਂ ਇਸ ਘਰ ਦਾ ਨਮਕ ਖਾਧਾ, ਮੈਂ ਇਸ ਘਰ ਦਾ ਖਾਣਾ ਖਾਧਾ, ਮੈਂ ਇਸ ਘਰ ਦੇ ਨਾਲ, ਇਸ ਖਾਨਦਾਨ ਦੇ ਨਾਲ ਬੁਰਾ ਸਲੂਕ ਨਹੀਂ ਕਰ ਸਕਦਾ। ਇਹ ਤਾਂ ਹੈ ਖਾਲਿਸ ਅਸਲੀ ਅਤੇ ਨਸਲੀ ਬੰਦੇ ਦੀ ਪਹਿਚਾਣ। ਕੁਝ ਬੰਦੇ ਬਦ ਨਸਲੇ ਹੁੰਦੇ, ਬਦ ਕਿਰਦਾਰ ਹੁੰਦੇ, ਉਹਨਾਂ 'ਚ ਕੋਈ ਖੂਬੀ ਨਹੀਂ ਹੁੰਦੀ, ਖਾਮੀਆਂ ਹੀ ਖਾਮੀਆਂ ਹੁੰਦੇ। ਔਰ ਅਗਰ ਇਹ ਜੇ ਬੰਦੇ ਦੇ ਨਾਲ ਤੁਹਾਡਾ ਵਾਸਤਾ ਪੈ ਵੇ, ਤਾਂ ਇਸ ਕੋ ਆਪਣੇ ਘਰ ਤੋਂ, ਆਪਣੇ ਬੱਚਿਆਂ ਤੋਂ, ਆਪਣੇ ਘਰਾਣੇ ਤੋਂ, ਘਰਾਣੇ ਦੇ ਤਮਾਮ ਅਫਰਾਦ ਤੋਂ, ਆਪਣੀ ਮਾਲ ਔਰ ਆਪਣੇ ਕਾਰੋਬਾਰ ਤੋਂ ਦੂਰ ਰੱਖੋ। ਕਿਉਂ? ਉਹਦੇ ਖਾਸ ਵਜ੍ਹਾ, ਕਿਉਂਕਿ ਅਗਰ ਇਹ ਬਦ ਨਸਲੇ ਲੋਕ, ਬਦ ਨਸਲਾ ਫਰਦ ਤੁਹਾਡੇ ਘਰ ਅਗਰ ਆਉਂਦਾ, ਤਾਂ ਭਾਈ ਉਹ ਤੁਹਾਡੇ ਤਰੇ ਚੀਜ਼ਾਂ ਦਾ ਦੁਸ਼ਮਣ ਹੈ। ਸਭ ਤੋਂ ਪਹਿਲੇ ਤੁਹਾਡੀ ਇੱਜ਼ਤ ਦਾ ਦੁਸ਼ਮਣ ਹੈ, ਦੂਜੇ ਨੰਬਰ 'ਤੇ ਤੁਹਾਡੇ ਮਾਲ ਦਾ ਦੁਸ਼ਮਣ ਹੈ, ਤੀਜੇ ਨੰਬਰ ਦੇ ਉੱਤੇ ਤੁਹਾਡੀ ਜਾਨ ਦਾ ਦੁਸ਼ਮਣ ਹੈ। ਔਰ ਬਦ ਨਸਲੇ ਲੋਕਾਂ ਦੇ ਵਾਸਤੇ ਇੱਕ ਸਰੈਕੀ ਮੁਹਾਵਰਾ ਹੈ ਕਿ ਇਹ ਜਿੱਥਾਂ ਖਾਂਦੇ ਉੱਥਾਂ ਹੀ ਥੁੱਕਦੇ, ਬਲਕਿ ਇਸ ਤੋਂ ਵੱਡਾ ਮੁਹਾਵਰਾ ਹੈ ਕਿ ਇਹ ਜਿੱਥਾਂ ਖਾਂਦੇ ਉੱਥਾਂ ਹੀ ਉਤਰਦੇ। ਔਰ ਇੱਕ ਹੋਰ ਮੁਹਾਵਰਾ ਹੈ ਕਿ ਜਿਹੜੀ ਥਾਲੀ ਦੇ ਵਿੱਚ ਖਾਂਦੇ ਉਹ ਥਾਲੀ ਦੇ ਵਿੱਚ ਹੀ ਸੁਰਾਖ ਕਰਦੇ। ਇਜਾਜ਼ਤ।